ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤ ਮਹਿੰਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟਲ ਇੰਡੀਆ ਇੰਸਟਾਗ੍ਰਾਮ, ਫੇਸਬੁੱਕ ਤੇ ਯੂਟਿਊਬ ਚੈਨਲ। ਆਪਣੀ ਇਹ ਵੀਡੀਓ ਹੁੰਦੀ ਹੈ ਕਿਉਂ ਇਹਨੇ, ਯਾਨੀ ਕਿ ਕੁਐਸਚਨ ਤੇ ਆਂਸਰ। ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਮੈਨੂੰ ਸਵਾਲ ਕਰਦੇ ਹੋ ਔਰ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ ਵਿੱਚ ਦਿੰਦਾ ਹੁੰਦਾ। ਇਹ ਵੀਡੀਓ ਹਰ ਰੋਜ਼ ਰਾਤ ਨੂੰ ਯੂਟਿਊਬ ਤੋਂ ਰਿਲੀਜ਼ ਹੁੰਦੀ ਹੈ। ਸੋ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਤੁਹਾਨੂੰ ਕੋਈ ਵੀਜ਼ਾ ਨੂੰ ਲੈ ਕੇ ਕਿਸੇ ਕੰਟਰੀ ਦੇ ਇਮੀਗ੍ਰੇਸ਼ਨ ਨੂੰ ਲੈ ਕੇ ਕੋਈ ਡਾਊਟ ਹੈ, ਤੁਸੀਂ ਕੁਝ ਪੁੱਛਣਾ ਹੈ, ਤੁਸੀਂ ਪੁੱਛ ਸਕਦੇ ਹੋ ਮੇਰੀ ਕਿਸੇ ਵੀਡੀਓ ਤੇ, ਕਮੈਂਟ ਕਰ ਸਕਦੇ ਹੋ। ਜੇਕਰ ਤੁਹਾਡਾ ਕਮੈਂਟ ਵੈਲਿਊਏਬਲ ਹੋਇਆ ਤਾਂ ਮੈਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਉਸ ਕਮੈਂਟ ਨੂੰ ਸ਼ਾਮਿਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰੂੰਗਾ। ਆਓ ਸ਼ੁਰੂ ਕਰਦੇ ਹਾਂ ਅੱਜ ਦਾ ਕਿਉਂ ਬਣੇ। ਸਭ ਤੋਂ ਪਹਿਲਾ ਕਮੈਂਟ ਹੈ ਕੇ ਐਸ ਦਾ, ਲਿਖਦੇ ਨੇ ਨਿਊਜ਼ੀਲੈਂਡ ਔਰ ਕੈਨੇਡਾ ਕਿੰਨੇ, ਕਿਹਦੇ ਚਾਂਸ ਜ਼ਿਆਦਾ ਨੇ। ਆਈ ਐਮ ਜੱਸਾ ਵਿਰਕ, ਮੈਂ ਏਸ਼ੀਆ 3 ਕੰਟਰੀ ਟਰੈਵਲ ਹੈ ਜੀ। ਮੇਰੇ ਕੋਲ ਜੇ ਫਾਰਮ ਹੈਗੇ ਨੇ 6 ਲੱਖ ਦੇ, ਡੈਰੀ ਫਾਰਮ ਹੈਗਾ 1 ਸਾਲ ਦੀ, ਆਈ ਟੀ ਆਰ ਹੈ, ਬੈਲੈਂਸ 2.5 ਲੱਖ ਹੈ, ਐਫ ਡੀ 2.5 ਲੱਖ ਦੀ ਹੈਗਾ ਔਰ 2 ਲੱਖ ਲਿਕੁਇਡ ਨੇ, ਓਲਡ ਫੰਡ ਹੈਗੇ ਨੇ। ਮੇਰਾ ਕਿੰਨੇ ਪਰਸੈਂਟ ਚਾਂਸਿਸ ਨੇ? ਪੇਰੈਂਟਸ ਆਲਰੇਡੀ ਵੀਜ਼ਾ ਹੈ ਕੈਨੇਡਾ ਦਾ, ਫਾਦਰ ਆਲਰੇਡੀ ਟਰੈਵਲ ਨੇ ਕੈਨੇਡਾ, ਸਿਸਟਰ ਦੀ ਸਪੋਂਸਰ ਹੈਗੀ ਹੈ, ਮੇਰੀ ਫਾਈਲ ਲਗਾ ਸਕਦੇ ਹੋ, 1 ਰਿਫਿਊਜ਼ਲ ਆਈ ਹੈ, ਮੇਰੇ ਕੋਲ ਕਿੰਨੇ ਚਾਂਸਿਸ ਹੈਗੇ ਨੇ? ਦੇਖੋ ਜੱਸਾ ਜੀ, ਤੁਸੀਂ ਕੈਨੇਡਾ ਦਾ ਫਿਲਹਾਲ ਅਪਲਾਈ ਨਾ ਕਰੋ ਕਿਉਂਕਿ ਤੁਹਾਡੀ ਏਜ਼ ਜਿਹੜੀ ਹੈਗੀ ਹੈ ਉਹ ਘੱਟ ਹੈਗੀ ਹੈ। ਤੁਹਾਡੇ ਕੋਲ ਇਸ ਟਾਈਮ ਜਿਹੜਾ ਚਾਂਸ ਹੈਗਾ, ਇਸ ਟਾਈਮ ਜਿਵੇਂ ਤੁਹਾਡੀ ਪ੍ਰੋਫਾਈਲ ਹੈ ਉਹਦੇ ਮੁਤਾਬਕ ਤੁਸੀਂ ਹੁਣ ਨਿਊਜ਼ੀਲੈਂਡ ਅਪਲਾਈ ਜਿਹੜਾ ਉਹ ਕਰ ਸਕਦੇ ਹੈਗੇ। ਔਰ ਜਦੋਂ ਨਿਊਜ਼ੀਲੈਂਡ ਦਾ ਤੁਹਾਡਾ ਵੀਜ਼ਾ ਆ ਗਿਆ, ਨਿਊਜ਼ੀਲੈਂਡ ਵਿਜ਼ਿਟ ਕਰਕੇ ਫਿਰ ਤੁਸੀਂ ਕੈਨੇਡਾ ਕਰ ਲਉਂਗੇ ਤਾਂ ਤੁਹਾਡਾ ਕੰਮ ਜਿਹੜਾ ਹੈਗਾ ਉਹ ਹੋ ਸਕਦਾ, ਕਿਉਂਕਿ ਨਿਊਜ਼ੀਲੈਂਡ ਦਾ ਟ੍ਰੈਂਡ ਜਿਹੜਾ ਹੈਗਾ ਉਹ ਬਹੁਤ ਵਧੀਆ ਚੱਲ ਰਿਹਾ ਇਸ ਟਾਈਮ। ਸੋ ਤੁਸੀਂ ਇਸ ਟਾਈਮ ਨਿਊਜ਼ੀਲੈਂਡ ਦਾ ਵੀਜ਼ਾ ਜਿਹੜਾ ਹੈਗਾ ਜੀ ਅਪਲਾਈ ਕਰ ਸਕਦੇ ਹੋ। ਅਗਲਾ ਕਮੈਂਟ ਹੈ ਜੀ ਪੰਜਾਬੀ ਸੌਂਗ ਦਾ, 15 ਕਿੱਲੇ ਜ਼ਮੀਨ ਹੈ ਆਪਣੀ, ਬੈਂਕ ਬੈਲੈਂਸ ਵੀ ਹੈਗਾ 5 ਕੁ ਲੱਖ ਦਾ ਹੈਗਾ ਜੀ, ਜੇ ਫਾਰਮ ਵੀ ਹੈਗੇ ਨੇ 3-4 ਸਾਲ ਦੇ, ਆਈ ਟੀ ਆਰ ਫਿਲ ਕਰਦੇ ਹਾਂ ਅਸੀਂ ਸਾਰੀ ਫੈਮਿਲੀ ਮੈਂਬਰ, ਆਪਣਾ ਆਪ ਦਾ ਬਿਜ਼ਨਸ ਹੈ ਜੀ, ਫਰੈਸ਼ ਪਾਸਪੋਰਟ ਹੈ ਸਰ, ਕਿੱਥੋਂ ਦਾ ਵੀਜ਼ਾ ਅਪਲਾਈ ਕਰਾਂ? ਪਲੀਜ਼ ਸਰ ਅਪਲਾਈ ਕਰ ਦਿਓ ਕਿਉਂਕਿ ਮੈਂ ਮੰਡੇ ਤੱਕ ਪੇਪਰ ਰੈਡੀ ਕਰਵਾ ਕੇ ਤੁਹਾਡੇ ਆਫਿਸ ਦੇ ਕੇ ਆਉਣੇ ਨੇ ਜੀ। ਤਾਂ ਤੁਸੀਂ ਬ੍ਰਦਰ ਇਸ ਟਾਈਮ ਨਿਊਜ਼ੀਲੈਂਡ ਦਾ ਵੀਜ਼ਾ ਅਪਲਾਈ ਕਰ ਲਓ ਕਿਉਂਕਿ ਇਸ ਟਾਈਮ ਨਿਊਜ਼ੀਲੈਂਡ ਦਾ ਟ੍ਰੈਂਡ ਜਿਹੜਾ ਹੈਗਾ ਉਹ ਬਹੁਤ ਵਧੀਆ। ਅਸੀਂ ਜ਼ਿਆਦਾਤਰ ਲੋਕਾਂ ਨੂੰ ਇਸ ਟਾਈਮ ਨਿਊਜ਼ੀਲੈਂਡ ਹੀ ਸੁਜੈਸਟ ਕਰ ਰਹੇ ਹਾਂ ਕਿਉਂਕਿ ਨਿਊਜ਼ੀਲੈਂਡ ਦਾ ਵੀਜ਼ਾ ਇਸ ਟਾਈਮ ਬਹੁਤ ਆ ਰਿਹਾ ਹੈਗਾ। ਸੋ ਜਿਹੜੇ ਵੀ ਫਰੈਸ਼ ਪਾਸਪੋਰਟ ਵਾਲੇ ਨੇ ਜਾਂ ਜਿਹਨਾਂ ਦੀ ਰਿਜੈਕਸ਼ਨ ਹੈਗੀ ਹੈ ਜਾਂ ਜਿਹਨਾਂ ਦੀ ਪ੍ਰੋਫਾਈਲ ਲੋ ਹੈਗੀ ਹੈ, ਉਹ ਨਿਊਜ਼ੀਲੈਂਡ ਅਪਲਾਈ ਕਰ ਸਕਦੇ। ਨਿਊਜ਼ੀਲੈਂਡ ਇਸ ਟਾਈਮ ਪੂਰਾ ਮਿਹਰਬਾਨ ਹੋਇਆ ਹੋਇਆ, ਤੁਸੀਂ ਨਿਊਜ਼ੀਲੈਂਡ ਅਪਲਾਈ ਕਰ ਲਓ ਜੀ। ਦਿਆਲ ਸਿੰਘ ਲਿਖਦੇ ਨੇ ਸਰ 5 ਲੱਖ ਸਫੀਸ਼ੀਐਂਟ ਹੈਗਾ ਨਿਊਜ਼ੀਲੈਂਡ ਕੇ ਲਈ? ਬਿਲਕੁਲ ਜੀ, 5 ਲੱਖ ਦਾ ਬੈਲੈਂਸ ਬਹੁਤ ਵਧੀਆ ਹੈਗਾ। ਜੇ 5 ਲੱਖ ਦਾ ਬੈਲੈਂਸ ਤੁਹਾਡੇ ਕੋਲ ਹੈਗਾ, ਯੂ ਆਰ ਐਲੀਜੀਬਲ ਫਾਰ ਨਿਊਜ਼ੀਲੈਂਡ ਦਾ ਟੂਰਿਸਟ ਵੀਜ਼ਾ, ਸੋ ਤੁਸੀਂ ਕਰ ਸਕਦੇ ਹੋ ਜੀ, ਬਹੁਤ ਅੱਛੀ ਗੱਲ ਹੈਗੀ, ਤੁਹਾਡੇ ਕੋਲ 5 ਲੱਖ ਰੁਪਇਆ ਹੈਗਾ। ਕਰਨਜੀਤ ਗਿੱਲ ਦਾ ਅਗਲਾ ਕਮੈਂਟ ਲਿਖਦੇ ਨੇ ਸਰ, ਨਿਊਜ਼ੀਲੈਂਡ ਲਈ ਕਿੰਨੇ ਫੰਡ ਦੀ ਜ਼ਰੂਰਤ ਹੈ ਐਂਡ ਕਿੰਨੇ ਓਲਡ ਹੋਣੇ ਚਾਹੀਦੇ ਨੇ? ਦੇਖੋ ਨਿਊਜ਼ੀਲੈਂਡ ਲਈ ਬਹੁਤੇ ਓਲਡ ਫੰਡਾਂ ਦੀ ਜ਼ਰੂਰਤ ਨਹੀਂ ਹੈਗੀ, ਜੇ 3 ਲੱਖ ਰੁਪਇਆ ਵੀ ਤੁਹਾਡੇ ਅਕਾਊਂਟ 'ਚ ਹੈਗਾ ਸਫੀਸ਼ੀਐਂਟ ਹੈ, ਤੁਹਾਡਾ ਕੰਮ ਹੋ ਜਾਏਗਾ। ਭਾਵੇਂ ਤੁਹਾਡੇ ਫੰਡ ਨਵੇਂ ਨੇ ਭਾਵੇਂ ਪੁਰਾਣੇ ਨੇ, ਕੋਈ ਫਰਕ ਨਹੀਂ ਪੈਂਦਾ, ਤੁਹਾਡਾ ਜਿਹੜਾ ਕੰਮ ਹੈ ਜੀ ਹੋ ਜਾਏਗਾ ਜੀ। ਅਗਲਾ ਕਮੈਂਟ ਦੀਪਕ ਸਿੰਘ ਦਾ, ਲਿਖਦੇ ਨੇ ਸਤਿ ਸ੍ਰੀ ਅਕਾਲ ਜੀ, ਸਰ ਮੈਂ 2 ਕੰਟਰੀ ਟਰੈਵਲ ਹੈ ਜੀ, ਮਲੇਸ਼ੀਆ ਤੇ ਥਾਈਲੈਂਡ, ਆਈ ਟੀ ਆਰ 2 ਸਾਲ ਦੀ ਹੈਗੀ ਹੈ, ਬੈਂਕ ਬੈਲੈਂਸ ਕਿੰਨਾ ਚਾਹੀਦਾ, ਹੋਰ ਕਿੰਨਾ ਸ਼ੋ ਕਰਨਾ ਪਵੇਗਾ, ਪਲੀਜ਼ ਦੱਸਿਓ। ਦੇਖੋ ਜਿਵੇਂ ਤੁਹਾਡੀ ਪ੍ਰੋਫਾਈਲ ਹੈ ਜੀ, ਨਿਊਜ਼ੀਲੈਂਡ ਅਪਲਾਈ ਕਰ ਲਓ, 3 ਲੱਖ ਰੁਪਏ ਦੇ ਫੰਡਾਂ ਤੇ ਤੁਸੀਂ ਵੀਜ਼ਾ ਅਪਲਾਈ ਜਿਹੜਾ ਹੈਗਾ ਉਹ ਕਰ ਸਕਦੇ ਹੈਗੇ ਹੋ ਜੀ। ਸੋ ਤੁਹਾਡੇ ਲਈ ਬੈਸਟ ਹੈਗਾ ਕਿ ਤੁਸੀਂ ਨਿਊਜ਼ੀਲੈਂਡ ਅਪਲਾਈ ਕਰ ਲਓ ਤੇ 3 ਲੱਖ ਦਾ ਫੰਡ ਤੁਸੀਂ ਰੱਖ ਲਓ। ਅਗਲਾ ਕਮੈਂਟ ਹੈ ਜੀ ਵੀਜ਼ੇ ਰੋਪੋਲ ਦਾ, ਲਿਖਦੇ ਨੇ ਨਿਊਜ਼ੀਲੈਂਡ ਕਾ ਵੀਜ਼ਾ ਆਣੇ ਕੇ ਬਾਅਦ ਆਸਟ੍ਰੇਲੀਆ ਵੀਜ਼ਾ ਮਿਲ ਸਕਦਾ ਹੈ, ਮੈਂ ਗੌਰਮੈਂਟ ਅਪਲਾਈ ਨੂੰ? ਬਿਲਕੁਲ ਮਿਲ ਸਕਦਾ ਜੀ। ਦੇਖੋ ਜਿਵੇਂ ਕੈਨੇਡਾ ਤੇ ਅਮਰੀਕਾ ਦੀ ਬਾਉਂਡਿੰਗ ਆਪਸ 'ਚ ਨਾ, ਇਹਨਾਂ ਦੀ ਇਮੀਗ੍ਰੇਸ਼ਨ ਕਾਫੀ ਕੁਛ ਜਿਹੜਾ ਹੈਗਾ ਆਪਸ 'ਚ ਸ਼ੇਅਰ ਕਰਦੇ ਨੇ, ਸੇਮ ਥਿੰਗ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਹੈ। ਜਿਹਦਾ ਆਸਟ੍ਰੇਲੀਆ ਦਾ ਵੀਜ਼ਾ ਲੱਗ ਜਾਂਦਾ ਹੈ ਉਹਨੂੰ ਨਿਊਜ਼ੀਲੈਂਡ ਮਨਾ ਨਹੀਂ ਕਰਦਾ ਤੇ ਜਿਹਦਾ ਨਿਊਜ਼ੀਲੈਂਡ ਲੱਗ ਜਾਂਦਾ ਹੈ ਉਹਨੂੰ ਆਸਟ੍ਰੇਲੀਆ ਮਨਾ ਨਹੀਂ ਕਰਦਾ। ਸੋ ਤੁਸੀਂ ਜੇ ਤੁਹਾਡਾ ਨਿਊਜ਼ੀਲੈਂਡ ਦਾ ਵੀਜ਼ਾ ਆ ਜਾਂਦਾ ਹੈ ਤਾਂ ਤੁਸੀਂ ਈਜ਼ਲੀ ਜਿਹੜਾ ਹੈਗਾ ਜੀ ਨਿਊਜ਼ੀਲੈਂਡ ਅਪਲਾਈ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ। ਅਗਲਾ ਕਮੈਂਟ ਹੈ ਜੀ ਆਲ ਇਨ ਬਲੌਗ, ਲਿਖਦੇ ਨੇ ਸਰ ਵਟਸਐਪ ਕੀਤਾ ਸੀ ਮੈਂ, ਨੂੰ ਡਾਕੂਮੈਂਟ ਸੈਂਡ ਕੀਤੇ ਸੀ, ਕੋਈ ਰਿਸਪੋਂਸ ਨਹੀਂ ਦਿੱਤਾ, ਵੇਟ ਕਰ ਰਿਹਾ। ਕੋਈ ਗੱਲ ਨਹੀਂ ਜੀ, ਮੈਂ ਕਰ ਲੈਣਾ ਤੁਹਾਡਾ ਚੈੱਕ, ਜਿਹੜਾ ਜੇ ਤੁਸੀਂ ਵਟਸਐਪ ਤੇ ਕੀਤੇ ਨੇ ਤੇ ਮੈਂ ਤੁਹਾਡਾ ਇੱਕ ਵਾਰੀ ਚੈੱਕ ਕਰਵਾ ਦਿੰਦਾ ਆਪਣੀ ਟੀਮ ਤੋਂ। ਅਗਲਾ ਕਮੈਂਟ ਹੈ ਜੀ ਅੰਕਿਤ ਦੇਸ਼ਵਾਲ ਦਾ, ਲਿਖਦੇ ਨੇ ਸਰ ਨਿਊਜ਼ੀਲੈਂਡ ਵੈਸੀ ਫੀਸ ਕਿੰਨੀ ਹੈ? ਅਪਰੋਕਸੀਮੇਟ 13,000 ਦੀ ਜਿਹੜੀ ਫੀਸ ਆਉਂਦੀ ਹੈਗੀ ਹੈ ਜੀ, ਤੁਸੀਂ 13,000 ਦੀ ਫੀਸ ਭਰ ਕੇ ਨਿਊਜ਼ੀਲੈਂਡ ਦਾ ਵੀਜ਼ਾ ਲੈ ਸਕਦੇ ਹੈਗੇ ਜੀ। ਅਗਲਾ ਕਮੈਂਟ ਹੈ ਜੀ ਸ਼ੈਰੀ ਸਿੰਘ ਸ਼ੈਰੀ ਦਾ, ਲਿਖਦੇ ਨੇ
ਨਿਊਜ਼ੀਲੈਂਡ ਕਿੰਨੇ ਮੰਥ ਬਾਅਦ ਜਾਂਦਾ ਹੈਗਾ। ਨਿਊਜ਼ੀਲੈਂਡ ਦੇਖੋ ਤੁਹਾਨੂੰ ਮਲਟੀਪਲ ਐਂਟਰੀ ਵੀਜ਼ਾ ਗ੍ਰਾਂਟ ਕਰਦਾ ਹੈ ਔਰ ਤੁਸੀਂ ਕਦੋਂ ਵੀ ਕਿੰਨੇ ਵਾਰੀ ਵੀ ਆ ਜਾ ਸਕਦੇ ਹੈਗੇ ਹੋ, ਨਿਊਜ਼ੀਲੈਂਡ ਦੀ ਕੋਈ ਦਿੱਕਤ ਨਹੀਂ ਹੈਗੀ। ਅਗਲਾ ਕਮੈਂਟ ਹੈ ਜੀ ਚੌਧਰੀ ਨੀਮ ਗੁੱਜਰ, ਲਿਖਦੇ ਨੇ ਸਰ ਮੈਂ ਪਾਕਿਸਤਾਨ ਤੋਂ ਗੱਲ ਕਰ ਰਿਹਾ ਜੀ, ਤੁਸੀਂ ਮੇਰਾ ਨਿਊਜ਼ੀਲੈਂਡ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ? ਬਿਲਕੁਲ ਕਰ ਸਕਦੇ ਹਾਂ ਜੀ, ਤੁਸੀਂ ਸਾਡੀ ਈਮੇਲ ਤੇ ਆਪਦੇ ਡਾਕੂਮੈਂਟ ਸੈਂਡ ਕਰ ਦਿਓ, ਅਸੀਂ ਤੁਹਾਡੀ ਹੈਲਪ ਜਿਹੜੀ ਹੈਗੀ ਹੈ ਜੀ ਉਹ ਜ਼ਰੂਰ ਕਰਾਂਗੇ ਜੀ। ਅਗਲਾ ਕਮੈਂਟ ਹੈ ਜੀ ਫੈਮਿਲੀ ਬਲੌਗਸ ਦਾ, ਲਿਖਦੇ ਨੇ ਆਪਕੇ ਨੰਬਰ ਪੇ ਫੋਨ ਕੀਆ ਥਾ, ਫੋਨ ਕੋਈ ਉਠਾਤਾ ਨਹੀਂ ਹੈ। ਦੇਖੋ ਐਸੇ ਹੋਤਾ ਜੀ ਕਿ ਫੋਨ ਬਹੁਤ ਜ਼ਿਆਦਾ ਆ ਰਹੇ ਹੈ ਜੀ, ਬਹੁਤ ਜ਼ਿਆਦਾ ਕਾਲਸ ਹੈ, ਹੋ ਸਕਤਾ ਆਪਕਾ ਫੋਨ ਜੋ ਹੈ ਵੋ ਮਿਸ ਹੋ ਗਿਆ ਹੋ, ਆਪ ਵੇਟ ਕੀਜੀਏ, ਇੱਕ ਦੋ ਦਿਨ ਮੈਂ ਆਪਕੋ ਕਾਲ ਜੋ ਹੈ ਵੋ ਵਾਪਿਸ ਆ ਜਾਏਗੀ। ਅਗਲਾ ਕਮੈਂਟ ਹੈ ਜੀ ਤਲਵਿੰਦਰ ਕੌਰ ਦਾ, ਲਿਖਦੇ ਨੇ ਸਰ ਤੁਸੀਂ ਫੋਨ ਨਹੀਂ ਚੱਕਦੇ। ਬਿਲਕੁਲ ਜੀ ਇਹ ਥੋੜੀ ਸਹੀ ਗੱਲ ਹੈ, ਕਿਉਂਕਿ ਦਿੱਕਤ ਕੀ ਹੈਗੀ ਹੈ ਕਿ ਸਾਨੂੰ ਵੀ ਕਈ ਵਾਰੀ ਟਾਈਮ ਨਹੀਂ ਮਿਲਦਾ ਹੈਗਾ, ਸਾਡੇ ਕੋਲ ਕੰਮ ਜਿਹੜਾ ਹੈਗਾ ਫੋਨ ਕਾਲ ਜ਼ਿਆਦਾ ਆਉਣ ਕਰਕੇ ਕਈ ਵਾਰੀ ਦਿੱਕਤ ਦਾ ਸਾਨੂੰ ਜਿਹੜਾ ਹੈਗਾ ਉਹ ਸਾਹਮਣਾ ਕਰਨਾ ਪੈ ਜਾਂਦਾ, ਪਰ ਅਸੀਂ ਜ਼ਰੂਰ ਤੁਹਾਡੀ ਹੈਲਪ ਕਰਾਂਗੇ ਜੀ, ਜ਼ਰੂਰ ਤੁਹਾਨੂੰ ਕੋਸ਼ਿਸ਼ ਕਰਾਂਗੇ ਤੁਹਾਡਾ ਫੋਨ ਚੱਕੇ, ਤੁਸੀਂ ਇੱਕ ਦੋ ਦਿਨ ਦੀ ਵੇਟ ਕਰ ਲਓ। ਤੁਹਾਨੂੰ ਜਿਹੜਾ ਜਿਨ੍ਹਾਂ ਦੇ ਵੀ ਕਾਲਾਂ ਨਹੀਂ ਚੱਕ ਪਾਏ ਉਹਨਾਂ ਤੋਂ ਸੌਰੀ ਹੈਗੀ ਹੈ, ਤੁਸੀਂ ਦੁਬਾਰਾ ਕਾਲ ਕਰ ਲਓ, ਇਹ ਅਸੀਂ ਤੁਹਾਨੂੰ ਡੈਫੀਨੇਟ ਜਿਹੜਾ ਹੈਗਾ ਜੀ ਦੁਬਾਰੇ ਅਪਲਾਈ ਕਰਾਂਗੇ। ਅਗਲਾ ਕਮੈਂਟ ਹੈ ਗੁਰਵਿੰਦਰ ਕੌਰ ਦਾ, ਲਿਖਦੇ ਨੇ ਸਰ ਮੈਂ ITR ਭਰਦੀ ਹੈਗੀ ਜੀ, ਮੈਂ ਟੀਚਰ ਹਾਂ, ਮੇਰੀ ਸੈਲਰੀ 27,000 ਹੈਗੀ ਹੈ ਔਰ ਮੇਰੇ ਕੋਲ 2 ਸਾਲ ਦੀ ITR ਹੈ, ਮੈਂ ਮੈਰਿਡ ਹੈਗੀ ਹਾਂ ਜੀ, ਕੀ ਮੇਰਾ ਨਿਊਜ਼ੀਲੈਂਡ ਦਾ ਵੀਜ਼ਾ ਲੱਗ ਸਕਦਾ? ਬਿਲਕੁਲ ਤੁਹਾਡਾ ਇੰਪਲਾਈਮੈਂਟ ਰਵਿੰਦਰ ਜੀ ਬਹੁਤ ਵਧੀਆ ਹੈਗਾ, ਕਿਉਂਕਿ ਟੀਚਰ ਜਿਹੜੇ ਹੈਗੇ ਨੇ ਗੋਡ ਪਹੁੰਚਾਉਂਦੇ ਨੇ ਕਿਸੇ ਵੀ ਕੰਟਰੀ ਵਾਸਤੇ, ਸੋ ਤੁਸੀਂ ਇਕੱਲੇ ਵੀ ਆਪਦੀ ਫੈਮਿਲੀ ਨਾਲ ਵੀ ਜਿਹੜਾ ਹੈਗਾ ਆਪਦਾ ਵੀਜ਼ਾ ਅਪਲਾਈ ਕਰ ਸਕਦੇ ਹੋ, ਕਿਉਂਕਿ ਨਿਊਜ਼ੀਲੈਂਡ ਤਾਂ ਹੁਣ ਨਿਊਜ਼ੀਲੈਂਡ ਨੇ ਹਰ ਇੱਕ ਬੰਦੇ ਵਾਸਤੇ ਆਪਦਾ ਵੀਜ਼ਾ ਓਪਨ ਕੀਤਾ ਹੋਇਆ, ਚਾਹੇ ਉਹ ਮੈਰਿਡ ਹੈ, ਚਾਹੇ ਉਹ ਅਨਮੈਰਿਡ ਹੈਗਾ ਜੀ, ਚਾਹੇ ਤੁਸੀਂ ਜੋਬ ਕਰਦੇ ਹੋ, ਚਾਹੇ ਬਿਜ਼ਨਸ ਕਰਦੇ ਹੋ, ਚਾਹੇ ਖੇਤੀਬਾੜੀ ਕਰਦੇ ਹੋ, ਕਿਸੇ ਤਰ੍ਹਾਂ ਵੀ ਤੁਹਾਡੀ ਪ੍ਰੋਫਾਈਲ ਹੈ, ਕਿਉਂਕਿ ਨਿਊਜ਼ੀਲੈਂਡ ਇਸ ਟਾਈਮ ਬਹੁਤ ਵੀਜ਼ੇ ਜਿਹੜੇ ਉਹ ਦੇ ਰਿਹਾ। ਅਗਲਾ ਕਮੈਂਟ ਹੈ ਗੁਰਨਾਮ ਸਿੰਘ, ਲਿਖਦੇ ਨੇ ਸਰ ਮੈਂ ਗੁਰਨਾਮ ਸਿੰਘ ਹੈ ਜੀ, ਨਵਾਂ ਸ਼ਹਿਰ ਤੋਂ ਗੱਲ ਕਰ ਰਿਹਾ ਜੀ, ਮੈਂ ਕੇਪਸ ਨੋਟ ਅਪਲਾਈ ਕੀਤਿਆਂ ਨੂੰ 3 ਮਹੀਨੇ ਹੋ ਗਏ ਨੇ, ਮੇਰਾ ਏਜੰਟ ਮੇਰਾ ਕੋਈ ਰਿਪਲਾਈ ਨਹੀਂ ਕਰ ਰਿਹਾ, ਕੇਪਸ ਨੋਟ ਨੂੰ ਕਿੰਨਾ ਟਾਈਮ ਲੱਗਦਾ ਹੈ? ਗੁਰਨਾਮ ਜੀ ਇਸ ਟਾਈਮ ਕੇਪਸ ਨੋਟ ਨੂੰ ਬਹੁਤ ਜ਼ਿਆਦਾ ਸਮਾਂ ਜਿਹੜਾ ਹੈਗਾ ਉਹ ਲੱਗ ਰਿਹਾ ਹੈਗਾ, ਸੋ ਵੇਟ ਕਰ ਲਓ, ਕਿਉਂਕਿ 6-6 ਮਹੀਨੇ ਬਾਅਦ ਕੇਪਸ ਨੋਟ ਆ ਰਹੇ ਨੇ। ਕੇਪਸ ਨੋਟ ਦੀ ਪ੍ਰੋਬਲਮ ਹੈਗੀ ਆ, ਤੁਹਾਡੇ ਏਜੰਟ ਦੀ ਪ੍ਰੋਬਲਮ ਨਹੀਂ, ਇਹ ਪਿੱਛੋਂ ਹੀ ਜਿਹੜਾ ਹੈਗਾ IRCC ਵੱਲੋਂ ਹੀ ਡਿਲੇ ਚੱਲ ਰਿਹਾ ਹੈਗਾ, ਸੋ 6 ਮਹੀਨੇ ਦਾ ਟਾਈਮ ਜਿਹੜਾ ਇਸ ਟਾਈਮ ਲੱਗ ਰਿਹਾ ਹੈਗਾ ਜੀ, ਸੋ ਗੁਰਨਾਮ ਜੀ ਤੁਸੀਂ ਵੇਟ ਕਰ ਲਓ, ਹਾਲੇ ਤੁਹਾਨੂੰ 3 ਮਹੀਨੇ ਹੋਏ ਨੇ, ਹਾਲੇ ਤੁਹਾਨੂੰ ਹੋਰ ਵੇਟ ਕਰਨੀ ਪਏਗੀ। ਹਾਂ ਕੋਈ ਹੋਰ ਸ਼ੋਰਟ ਅਪਡੇਟ ਆ ਜਾਂਦੀ ਹੈ ਉਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ, ਬਟ ਫਿਲਹਾਲ ਜਿਹੜਾ ਕੇਪਸ ਨੋਟ ਦਾ ਟਾਈਮ ਜਿਹੜਾ ਹੈਗਾ ਉਹ ਜ਼ਿਆਦਾ ਲੱਗ ਰਿਹਾ ਹੈਗਾ। ਅਗਲਾ ਕਮੈਂਟ ਹੈ ਜੀ ਕਮਲਜੀਤ ਬੈਦਵਾਨ ਦਾ, ਲਿਖਦੇ ਨੇ ਸਰ ਮੈਂ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਸੀਗਾ, ਮੇਰੇ ਵੀਜ਼ਾ ਅਪਲਾਈ ਕੀਤਿਆਂ ਨੂੰ 3 ਮਹੀਨੇ ਹੋ ਗਏ ਨੇ ਜੀ, ਹਾਲੇ ਤੱਕ ਕੋਈ ਰਿਜ਼ਲਟ ਨਹੀਂ ਆ ਰਿਹਾ, ਕਿੰਨਾ ਕੁ ਟਾਈਮ ਲੱਗਦਾ ਹੈਗਾ ਸਰ ਵੀਜ਼ਾ ਆਉਣ ਨੂੰ, ਪਲੀਜ਼ ਜ਼ਰੂਰ ਦੱਸਿਓ। ਕਮਲਜੀਤ ਜੀ ਜਿਹੜਾ ਕੈਨੇਡਾ ਦਾ ਜਿਹੜਾ ਤਾਂ ਹੁਣ ਲੇਟੈਸਟ ਵੀਜ਼ੇ ਅਪਲਾਈ ਹੋ ਰਹੇ ਨੇ, ਉਹਦਾ ਬਹੁਤ ਛੇਤੀ ਪ੍ਰੋਸੈਸ ਹੋ ਕੇ ਆ ਰਹੇ ਨੇ, ਹਨ 10-10 ਦਿਨ 12-15 ਦਿਨ ਵਿੱਚ ਵੀ ਰਿਜ਼ਲਟ ਜਿਹੜਾ ਹੈਗਾ ਆ ਰਿਹਾ, ਪਰ ਜਿਹੜੇ ਪੁਰਾਣੇ ਅਪਲਾਈ ਹੋਏ ਹੋਏ ਨੇ ਉਹਨਾਂ ਨੂੰ ਟਾਈਮ ਲੱਗ ਰਿਹਾ ਹੈਗਾ, ਸੋ ਤੁਸੀਂ ਜੇ 3 ਮਹੀਨੇ ਹੋ ਗਏ ਨੇ ਤੁਹਾਨੂੰ ਥੋੜ੍ਹਾ ਤੁਸੀਂ ਹੋਰ ਵੇਟ ਕਰ ਲਓ, ਸੋ ਮਹਾਰਾਜ ਕਿਰਪਾ ਕਰਨਗੇ, ਥੋੜ੍ਹਾ ਰਿਜ਼ਲਟ ਜਿਹੜਾ ਹੈਗਾ ਉਹ ਤੁਹਾਨੂੰ ਮਿਲੇਗਾ, ਥੋੜ੍ਹੀ ਵੇਟ ਤੁਸੀਂ ਹੋਰ ਕਰ ਲਓ, ਕਿਉਂਕਿ ਟਾਈਮ ਜਿਹੜਾ ਹੈਗਾ ਉਹ ਲੱਗ ਜਾਂਦਾ। ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਹੁੰਦਾ, ਜੇ ਆਪਾਂ ਕਹਿ ਦਈਏ ਕਿ ਕਿਸੇ ਕੰਸਲਟੈਂਟ ਦਾ, ਕਿਸੇ ਏਜੰਟ ਦਾ, ਇਹ ਜੋ ਅੰਬੈਸੀ ਦਾ ਪ੍ਰੋਸੈਸ ਹੈਗਾ ਉਹਨੇ ਉਨਾ ਕੁ ਟਾਈਮ ਜਿਹੜਾ ਹੈਗਾ ਉਹ ਲੈਣਾ ਹੀ ਹੁੰਦਾ ਹੈ, ਸੋ ਤੁਸੀਂ ਪਲੀਜ਼ ਵੇਟ ਕਰ ਲਓ। ਅਗਲਾ ਕਮੈਂਟ ਹੈ ਠੰਡਾ ਰਾਮ ਜੀ, ਲਿਖਦੇ ਨੇ ਸਰ ਨਿਊਜ਼ੀਲੈਂਡ ਦਾ ਪ੍ਰੋਸੈਸਿੰਗ ਟਾਈਮ ਕੀ ਹੈ ਜੀ ਔਰ ਕਿੰਨੇ ਟਾਈਮ ਦਾ ਵੀਜ਼ਾ ਆਉਂਦਾ ਹੈ? ਨਿਊਜ਼ੀਲੈਂਡ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਜੀ ਅਪਰੋਕਸੀਮੇਟ ਕੋਈ 40 ਦਿਨ ਦਾ ਮੈਕਸੀਮਮ ਟਾਈਮ ਹੈ, ਸੋ 35-40 ਦਿਨਾਂ ਦੇ ਵਿੱਚ ਨਿਊਜ਼ੀਲੈਂਡ ਦਾ ਵੀਜ਼ਾ ਜਿਹੜਾ ਹੈ ਉਹ ਆ ਜਾਂਦਾ ਹੈਗਾ, ਔਰ ਇਸ ਟਾਈਮ ਨਿਊਜ਼ੀਲੈਂਡ 1 ਸਾਲ ਦਾ ਵੀਜ਼ਾ ਗ੍ਰਾਂਟ ਕਰ ਰਿਹਾ, ਔਰ ਤੁਸੀਂ ਮਲਟੀਪਲ ਐਂਟਰੀ ਵੀਜ਼ਾ ਲੈਂਦੇ ਹੋ, ਤੁਸੀਂ ਕਿੰਨੇ ਵਾਰੀ ਵੀ ਨਿਊਜ਼ੀਲੈਂਡ ਆ ਜਾ ਸਕਦੇ ਹੈਗੇ। ਸੋ ਦੋਸਤੋ ਇਹ ਸੀਗੇ ਤੁਹਾਡੇ ਅੱਜ ਦੇ ਸਵਾਲ, ਤੁਹਾਡੇ ਕਮੈਂਟ ਤੇ ਮੇਰੇ ਜਵਾਬ, ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇ ਹੋਣਗੇ। ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਮੇਰੀ ਵੀਡੀਓ ਪਹੁੰਚ ਸਕੇ, ਔਰ ਜੇਕਰ ਤੁਸੀਂ ਪਹਿਲੀ ਵਾਰੀ ਮੇਰੀ ਵੀਡੀਓ ਦੇਖ ਰਹੇ ਹੈਗੇ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ, ਬੈਲ ਦਾ ਬਟਨ ਦਬਾਓ, ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਜੇ ਤੁਸੀਂ ਫੇਸਬੁੱਕ ਤੇ ਦੇਖਦੇ ਹੋ ਲਾਈਕ ਕਰੋ, ਇੰਸਟਾ ਤੇ ਫਾਲੋ ਕਰੋ। ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਆਪਦਾ ਕੇਸ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ ਆਪਦਾ ਕੇਸ ਡਿਸਕਸ ਕਰਨਾ ਚਾਹੁੰਦੇ ਹੈਗੇ ਹੋ, ਸਕਰੀਨ ਦਿੱਤੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਮੇਰੇ ਨਾਲ ਜਾਂ ਮੇਰੀ ਟੀਮ ਨਾਲ ਗੱਲ ਕਰ ਸਕਦੇ ਹੋ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।